ਜਿਹੜੀ ਲੜਾਈ ਆ ਵਨ ਸਾਈਡਡ ਹੋ ਗਈ ਆ। ਸਾਰਾ ਅੰਮ੍ਰਿਤਸਰ ਹੀ ਉੱਲਰ ਪਿਆ ਗੁਰਜੀਤ ਔਜਲਾ ਵਾਸਤੇ, ਕਿਉਂਕਿ ਉਹਦੇ ਕੰਮ ਬੋਲਦੇ ਆ। ਬਿੰਦਰਖੀਏ ਨੇ ਇੱਕ ਗਾਣਾ ਗਾਇਆ ਸੀ, ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ, ਇਹ ਗੁਰਜੀਤ ਨਹੀਂ ਬੋਲਦਾ ਉਹਦੇ ਕੰਮ ਬੋਲਦੇ ਆ। ਸਾਰਾ ਸ਼ਹਿਰ ਉਹਦੇ ਵੱਲ ਉੱਲਰ ਕੇ ਆ ਗਿਆ। ਫੁੱਲ ਨੂੰ ਨਹੀਂ ਜੇ ਕੋਈ ਪੁੱਛਦਾ, ਝਾੜੂ ਬੜੇ ਚਿਰ ਦਾ ਖਿਲਰ ਗਿਆ ਜੇ। ਸੋ ਜਿੱਤ ਯਕੀਨੀ ਆ ਤੇ 5 ਲੱਖ ਦੀ ਅਸੀਂ ਲੀਡ ਲੈਣੀ। ਇਹਨੇ ਕਦੀ ਚੋਣ ਹੀ ਨਹੀਂ ਲੜੀ, ਇਹਨੂੰ ਕੀ ਪਤਾ ਇਲੈਕਸ਼ਨ ਕੀ ਹੁੰਦੀ ਹੈ। ਮੇਰੇ ਸਾਹਮਣੇ ਇੱਥੇ ਆਣ ਕੇ ਕੌਂਸਲਰ ਲੜੇ ਜੇ ਇਹਦੀ ਜ਼ਮਾਨਤ ਨਾ ਜ਼ਬਤ ਕਰਾ ਦਈਏ, ਤੇ ਹੁਣ ਵੀ ਇਹਨੇ ਜ਼ਮਾਨਤ ਪੜ੍ਹੇ ਲਿਖੇ ਦੀ ਵੀ ਅਸੀਂ ਜ਼ਬਤ ਕਰਾ ਕੇ ਭੇਜਣਾ। ਉਹ ਵਿਕਰਮ ਵੀ ਕਹਿੰਦਾ ਗੁਰਜੀਤ ਨੂੰ ਅੰਗਰੇਜ਼ੀ ਨਹੀਂ ਬੋਲਣੀ ਆਉਂਦੀ, ਉਹ ਮੈਂ ਕਿਹਾ ਤੇਰੀ ਭੈਣ ਨੂੰ ਅੰਗਰੇਜ਼ੀ ਆਉਂਦੀ ਹੈ ਨਾ, ਬਠਿੰਡਿਓ ਜ਼ਮਾਨਤ ਜ਼ਬਤ ਕਰਾਵਾਂਗੇ। ਗੁਰਜੀਤ ਗ੍ਰੈਜੂਏਟ, ਗੁਰਜੀਤ ਸਿੰਘ ਉਹਦੀ ਮਾਂ ਗ੍ਰੈਜੂਏਟ ਆ। ਫਿਰ ਅੰਗਰੇਜ਼ੀ ਪਤਾ ਨਹੀਂ ਇਹਨੇ ਸਾਨੂੰ ਕਿਹੜੀ ਦਾਲ ਸਬਜ਼ੀ ਦੀ ਥਾਂ ਤੇ ਖਾਣੀ ਚਾਹੁੰਦਾ, ਉਹਨੂੰ ਆਖੋ ਮੇਰੇ ਨਾਲ ਸਟੇਜ ਸਾਂਝੀ ਕਰੇ, ਅੰਗਰੇਜ਼ੀ ਬੋਲ ਲੈ। ਮਾਤਾ ਜਗੀਰ ਕੌਰ ਜੀ ਜ਼ਿੰਦਾਬਾਦ। ਉਹ ਬਿਲਕੁਲ ਪੂਰੀਆਂ ਹੋਣਗੀਆਂ, ਜਿਹੜਾ ਇਹਨਾਂ ਨੇ ਪੁਲ ਕਿਹਾ ਫਲਾਈ ਓਵਰ ਕਿਹਾ ਉਹਦਾ ਤੇ ਟੈਂਡਰ ਪਾਸ ਹੋ ਗਿਆ, ਤੇ ਆਹ ਤੇ ਅੱਧੇ ਦਿਨ ਦੀ ਗੱਲ ਹੈ ਟਰੱਕ ਚੁਕਾਉਣੇ, ਕਿਉਂਕਿ ਸੜਕ ਦੇ ਉੱਤੇ ਕਿ ਇਹ ਕਿਸੇ ਦੀ ਮੋਨੋਪਲੀ ਨਹੀਂ ਆ, ਇਹ ਸਾਰਿਆਂ ਦੀ ਸਾਂਝੀ ਸੜਕ ਹੈ, ਅਸੀਂ ਟੈਕਸ ਦਿੰਦੇ ਹਾਂ ਅਤੇ ਗੋਦਾਮਾਂ ਵਾਲੇ ਇੱਥੇ ਟਰੱਕ ਨਹੀਂ ਖਲਿਆਰ ਸਕਦੇ। ਮੇਰਾ ਇਹਨਾਂ ਨਾਲ ਵਾਅਦਾ ਹੈ ਸਹੁੰ ਚੁੱਕਣ ਤੋਂ ਅਗਲੇ ਦਿਨ ਟਰੱਕ ਬੰਦ ਹੋਣਗੇ। ਹਰੇਕ ਗੁਰਦੁਆਰੇ ਜਿਹੜੇ ਵੀ ਰਾਹਾਂ ਦੇ